विजुअल्स फ्रॉम नगरी प्रोल कठुआ। हम देख सकते हैं कि यहाँ पे रिलीजियस इंस्टीट्यूशन को किस तरह तोड़ने की कोशिश की जा रही है प्रशासन की तरफ से। क्या एक ही रिलीजियस इंस्टीट्यूशन जो है वो उबैद सरकारी भूमि पे इरेक्ट हुआ है क्या? और नहीं है, ऐसे हज़ारों किस्म के दूसरी कम्युनिटी के भी रिलीजियस इंस्टीट्यूशंस हैं, जहां मर्जी चाहे उनको वहां पे इरेक्ट किए हैं, उनके खिलाफ भी कार्रवाई की जाए। ये माहौल को बिगाड़ने की कोशिश की जा रही है। और हम विजुअल्स देख सकते हैं कि किस तरह सपाटे जो है वो मीडिया कर्मी बने हुए वीडियो बना रहे हैं और अभद्र भाषा का प्रयोग कर रहे हैं। लोकल ने भी तक कोई कितनी ना किसी ने दूसरे ने ना तीसरे ने सर की सानू इस चीज़ का यानी कि पुख्ती से बारे शिकायत बारे सानू मौका नहीं किसी ने दिता, वजह कोई नहीं सर इस चीज़ की। अचानक ऐसा जेड़ा है माहौल खराब करने की कोशिश की जा रही है? जी जी सर, जी सर, नहीं सर माहौल कोशिश की गई सर माहौल खराब करने की। आके सवेरे सर बिना आर्डर तो बिना इत्तला देने तो आगे बच्चों नू आगे जेसीबी ले गए बच्चों के ऊपर चढ़ाने लगे सर। अच्छा जी सर, इतनी गुंडागर्दी बढ़ गई है? बहुत ज्यादा सर, बहुत ज्यादा, ये तो 47 तो भी बदहाल हो गया सर। तो ਤੁਸੀਂ ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਹਾਂ ਕਿ ਸਾਡਾ ਰੱਬ ਦਾ ਘਰ ਗਿਰਾਇਆ ਨਹੀਂ ਜਾਏ। ਅਗਰ ਜੋ ਇਸਦੀ ਕੋਈ ਕਾਰਵਾਈ ਹੋਗਾ ਅਸੀਂ ਸਰ ਇਹ ਵੀ ਬੋਲਿਆ ਕਿ ਅਗਰ ਨਹੀਂ ਅੱਗੇ ਗੱਲ ਨਹੀਂ ਮੰਨਣਗੇ ਆਪਣੇ ਮਰਜ਼ੀ ਦੇ ਖੁਦ ਸ਼ਹੀਦ ਕਰ ਦਿਆਂਗੇ, ਗਵਰਨਮੈਂਟ ਨੂੰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਕਿਆ ਜੰਮੂ ਕਸ਼ਮੀਰ ਸਰਕਾਰ ਨੂੰ ਇਹੀ ਲੱਗਦਾ ਹੈ ਕਿ ਇਹ ਜਿਹੜੇ ਮਜ਼ਹਬੀ ਇਦਾਰੇ ਨੇ ਕਿਸੇ ਪਾਰਟੀਕੂਲਰ ਖਾਸ ਲੋਕਾਂ ਦੇ ਹਨ, ਖਾਸ ਪਾਰਟੀਕੂਲਰ ਕਮਿਊਨਿਟੀ ਦੇ ਹਨ ਜਾਂ ਬਾਕੀ ਵੀ ਲੱਭਦੇ ਹਨ? ਹਾਂ ਸਰ, ਸਰ ਮੈਂ ਗੱਲ ਸਮਝਿਆ ਨਹੀਂ ਸਰ। ਮੈਂ ਕਿਹਾ ਕਿ ਜਿਹੜੇ ਸਾਡੇ ਧਾਰਮਿਕ ਜਿਹੜੇ ਹਨ ਇਦਾਰੇ ਹਨ, ਮੰਦਰ ਮਸਜਿਦ ਹਨ, ਕਿਆ ਜੰਮੂ ਕਸ਼ਮੀਰ ਸਰਕਾਰ ਨੂੰ ਇਹ ਸਾਡੀ ਮਸਜਿਦ ਹੀ ਲੱਭਦੀ ਹੈ, ਹੋਰ ਵੀ ਕੋਈ ਇਦਾਰੇ ਹਨ ਜਿਹੜੇ ਸਰਕਾਰੀ ਜ਼ਮੀਨ ਉੱਪਰ ਬਣੇ ਦੇ ਹਨ? ਸਰ ਹੋਰ ਵੀ ਬਹੁਤ ਇਦਾਰੇ ਹਨ ਸਰਕਾਰੀ ਜ਼ਮੀਨ ਦੇ ਉੱਪਰ, ਨਹਿਰਾਂ ਦੇ ਉੱਪਰ ਬਣੇ ਦੇ ਨੇ, ਕੁਛ ਸਟੇਟ ਲੈਂਡ ਦੇ ਵਿੱਚ ਬਣੇ ਦੇ ਨੇ, ਔਰ ਬਿਲਡਿੰਗਾਂ ਜਿਹੜੀ ਲੋਕ ਕਮਾਈ ਕਰਾ ਦੇ ਨੇ ਸਰ, ਉਹ ਕਹਿੰਦਾ ਉਹਨਾਂ ਬੜੀ ਬਿਲਡਿੰਗ ਸਰਕਾਰੀ ਜਗ੍ਹਾ ਵਿੱਚ ਬਣਾਏ ਦੇ, ਉਹ ਇਹ ਜਗ੍ਹਾ ਉਹਨਾਂ ਨੂੰ ਢਾਣ ਵਾਸਤੇ ਨਹੀਂ ਸਰ ਜਾਣਦੇ, ਇਹ ਰੱਬ ਦੇ ਘਰ ਵਾਸਤੇ ਢਾਣ ਵਾਸਤੇ ਕਿਉਂ ਆ ਰਹੇ ਸਰ? ਇਹ ਤਾਂ ਗਲਤ ਗੱਲ ਹੈ ਨਾ, ਕਿਸੇ ਖਾਸ ਪਰਟੀਕੂਲਰ ਲੋਕਾਂ ਦੀ ਜਿਹੜਾ ਹੈ ਮਜ਼ਹਬੀ ਇਦਾਰਾ ਹੈ ਉਹਨੂੰ ਢਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਸਰ, ਕੀ ਕਹਿੰਦੇ ਹੋ? ਮੈਂ ਸਰ ਮੇਰੇ ਕਹਿੰਦਾ ਵੀ ਮੰਦਰ ਮਸਜਿਦ ਹੋਈ ਰੱਬ ਦਾ ਸਥਾਨ ਹੈ, ਕੋਈ ਅਸੀਂ ਕੀਤੀ ਜਾਂ ਦੂਸਰੀ ਸਮਾਜ ਪਾਰਟੀ ਨੇ ਕੀਤੀ ਹੈ, ਕਿਸੇ ਨੇ ਵੀ ਕੀਤੀ ਹੈ ਸਰ, ਰੱਬ ਦਾ ਘਰ ਹੈ, ਬੇਕਿਨਾ ਰੂਹ ਕਹਿੰਦਾ ਬੇਨਤੀ ਕਰਨ ਵਾਸਤੇ ਸਰ, ਕੋਈ ਇਹ ਜੀ ਗੱਲ ਧੰਦਾ ਥੋੜ੍ਹਾ ਕਰ ਰਹੇ ਹਾਂ ਕੋਈ ਸਰ। ਬਿਲਕੁਲ, ਕੋਈ ਵੀ ਕਿਸੇ ਮੰਦਰ ਕੋ ਵੀ ਨਹੀਂ ਗਿਰਾਇਆ ਜਾਏ, ਮਸਜਿਦ ਕੋ ਵੀ ਨਹੀਂ ਗਿਰਾਇਆ ਜਾਏ, ਨਹੀਂ ਹਮ ਤਾਂ ਬੋਲ ਰਹੇ ਸਰ ਇੱਕ ਮਸਜਿਦ ਥੋੜੀ ਹੈ, ਮੰਦਰ ਮਸਜਿਦ ਸਟੇਟ ਲੈਂਡ ਮੈਂ ਬਣੇ ਹੋਏ ਹੈ, ਬੜੀ ਬੜੀ ਬਿਲਡਿੰਗਾਂ ਬਣੀ ਹੋਈ ਹੈ ਸਰ, ਉਨਕੋ ਨਹੀਂ ਗਿਰਾਇਆ ਜਾ ਰਿਹਾ, ਇਸਕੋ ਕਿਉਂ ਗਿਰਾਇਆ ਜਾ ਰਿਹਾ ਹੈ? ਸਰ ਸਾਡਾ ਕੋਈ ਅੰਗਾਮਾ ਨਹੀਂ ਹੈ, ਅਸੀਂ ਮਸਜਿਦ ਬਣਾਈ ਦੀ ਹੈ ਅੱਜ ਤੋਂ 3-4 ਸਾਲ ਪਹਿਲਾਂ ਦਾ ਕੰਮ ਚੱਲੇ ਦਾ। ਅੱਛਾ, ਕੋਈ ਪਲੰਟ ਦੀ ਬਾਰੇ ਕਿਸੇ ਨੇ ਮਨਾ ਨਹੀਂ ਕੀਤਾ, ਦੀਵਾਰ ਦੀ ਮਨਾ ਨਹੀਂ ਕੀਤਾ, ਲੈਂਟਰ ਨੂੰ ਮਨਾ ਨਹੀਂ ਕੀਤਾ, ਹਾਂ ਇੱਕ ਦਿਨ ਆਇਆ ਪਟਵਾਰੀ ਸਰ, ਉਹਨਾਂ ਨੇ ਕੀਤਾ ਕਿ ਕੰਮ ਰੋਕ ਦਿਓ। ਅੱਛਾ, ਅਸੀਂ ਕੰਮ ਰੋਕ ਦਿੱਤਾ। ਅੱਜ ਸਵੇਰੇ ਨਾ ਜੇਸੀਪੀ ਵੀ ਨਾਲ ਹੀ ਫੋਰਸ ਵਗੈਰਾ ਲੇਡੀਜ਼ 2-3 ਆ ਗਏ ਤੇ ਸਰ ਇੱਥੇ ਮਸਜਿਦ ਨੂੰ ਲੱਗੀ ਗਰਾਉਂਡ। ਅੱਛਾ, ਤੇ ਅਸੀਂ ਮਨਾ ਕੀਤਾ, ਚਲੋ ਰੋਕ ਟੋਕ ਦਾ ਇਨਸਾਨ ਰੱਬ ਦੇ ਘਰ ਵਾਸਤੇ ਕਰਦਾ ਸਰ, ਉਹਨਾਂ ਨੇ ਆਸ਼ੂਤੋਸ਼ ਚਾਲੂ ਕਰ ਦਿੱਤੇ, ਧੂੰ ਵਾਲੇ ਕਰ ਦਿੱਤੇ ਫੈਰ ਚਾਲੂ। ਅੱਛਾ, ਸਾਡੇ ਬੱਚਿਆਂ ਨੂੰ ਪਾ ਕੇ ਘੋਲੇ ਪੈ ਕੇ ਮਾਨ ਪੈ ਕੇ ਜੇਸੀਬੀ ਸਿੱਧੇ ਕਰਕੇ ਸਰ ਪਥਰਾਓ ਚਲਾਇਆ, ਤਾਂ ਫਿਰ ਸਰ ਅੱਗੇ ਪਥਰਾ ਚਲਾਇਆ, ਇਹ ਚੱਕਰ। ਸਰ ਸਾਨੂੰ ਕਿਸੇ ਨੇ ਦੱਸਿਆ ਕੁਛ ਨਹੀਂ ਹੈ, ਕੋਈ ਨੋਟਿਸ ਨਹੀਂ ਦੱਸਿਆ, ਤਾਂ ਕੁਛ ਨਹੀਂ ਸਰ। My humble submission before district magistrate Kathua and LG administration, please avoid such horrible and terrible things which create
ਕਮਨਲ ਡਿਸਹਾਰਮਨੀ ਐਂਡ ਸ਼ੈਟਰ ਪੀਸ ਐਂਡ ਟ੍ਰਾਂਕੁਇਲਿਟੀ ਡੀ ਜੀ ਪੀ ਸਰ ਪਲੀਜ਼ ਟੀਚ ਯੂਅਰ ਕਾਪਸ ਟੂ ਹੈਵ ਅ ਗੁੱਡ ਪੋਲੀਸਿੰਗ ਨਿਊਮਰਸ ਰਿਲੀਜੀਅਸ ਸਟਰਕਚਰਸ ਇਰੈਕਟਿਡ ਅਪਾਨ ਫੋਰੈਸਟ ਲੈਂਡ ਸਟੇਟ ਲੈਂਡ ਵੀ ਬਿਲੀਵ ਇਨ ਪੀਸਫੁਲ ਕੋ ਐਗਜ਼ਿਸਟੈਂਸ ਐਂਡ ਯੂਨਿਟੀ ਇਨ ਡਾਇਵਰਸਿਟੀ